ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਜੀ, ਕੀ ਹਾਲ ਹੈ ਇੰਸਟਾਗ੍ਰਾਮ ਫੈਮਿਲੀ, ਤੁਸੀਂ ਠੀਕ ਹੋ? ਅੱਜ ਮੇਰੇ ਸਟੂਡੀਓ 'ਚ ਮੇਰਾ ਕਾਹਦਾ ਹੈ ਤਾਂ ਇਹਨਾਂ ਦਾ ਹੀ ਹੈ, ਸਾਡੇ ਵੱਡੇ ਭਾਈ ਜਾਨ ਜਨਾਬ ਉਸਤਾਦ ਜਤਿੰਦਰ ਜੀਤੂ ਜੀ। ਉਹ ਅੱਜ ਸਟੂਡੀਓ 'ਚ ਆਏ ਨੇ। ਜੀਤੂ ਭਾਅ ਜੀ, ਜ਼ਰਾ ਹੈਲੋ ਬੋਲ ਦਿਓ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੁਣ ਬੋਲੋ ਜੀ, ਫਿਰ ਦੁਬਾਰਾ। ਹਾਂਜੀ, ਸਤਿ ਸ਼੍ਰੀ ਅਕਾਲ ਬੋਲ ਦਿਓ ਦੁਬਾਰਾ। ਸਤਿ ਸ਼੍ਰੀ ਅਕਾਲ ਜੀ, ਕਿੱਦਾਂ, ਠੀਕ ਠਾਕ ਹੋ? ਬੜੇ ਚਿਰ ਬਾਅਦ ਅੱਜ ਫਿਰ ਇਕੱਠੇ ਹੋ ਕੇ ਲਾਈਵ ਹੋਏ ਆ। ਮੈਂ ਤੇ ਜੀਤੂ ਭਾਅ ਜੀ ਇਕੱਠੇ ਆਏ ਅੱਜ ਮੇਰੇ ਸਟੂਡੀਓ 'ਚ। ਅੱਜ ਇਹਨਾਂ ਦਰਸ਼ਨ ਦਿੱਤੇ ਨੇ। ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਕਿ ਅਸੀਂ ਇੱਕ ਗਾਣਾ ਕੀਤਾ ਹੈ, ਮੈਂ ਤੇ ਜੀਤੂ ਭਾਅ ਜੀ ਨੇ ਲਿਖਿਆ, ਸਾਡੇ ਭਾਅ ਜੀ ਵੱਡੇ ਸੁਰਜੀਤ ਖੈੜ ਵਾਲਾ, ਸੁਰਜੀਤ ਖੈੜ ਵਾਲਾ ਸਾਹਿਬ, ਔਰ ਅਨਮੋਲ ਗਗਨ ਮਾਨ ਜੀ ਦਾ ਵੀ ਇੱਕ ਗਾਣਾ ਆ ਰਿਹਾ। ਨਹੀਂ, ਉਹਨਾਂ ਦਾ ਆ ਗਿਆ ਗਾਣਾ। ਕੀ ਨਾਂ ਹੈ ਉਹਦਾ? ਗਾਣੇ ਦਾ ਨਾਮ ਪਟਿਆਲਾ। ਹਾਂ ਹਾਂ ਹਾਂ, ਮੈਂ ਸੁਣਿਆ, ਮੈਂ ਦੇਖਿਆ ਪਟਿਆਲਾ। ਅਨਮੋਲ ਗਗਨ ਮਾਨ ਜੀ ਦਾ ਗਾਣਾ ਆਇਆ ਜੀ ਪਟਿਆਲਾ, ਉਹ ਵੀ ਭਾਜੀ ਨੇ ਲਿਖਿਆ, ਸੁਰਜੀਤ ਖੈੜ ਵਾਲਾ ਭਾਜੀ ਉਹਨਾਂ ਨੇ ਲਿਖਿਆ, ਔਰ ਸਾਡਾ ਵੀ ਇੱਕ ਗਾਣਾ ਸੁਰਜੀਤ ਖੈੜ ਖੈੜ ਵਾਲੇ ਭਾਜੀ ਉਹਨਾਂ ਦਾ ਲਿਖਿਆ ਹੋਇਆ ਆ ਰਿਹਾ, ਦਿਲਾ ਇਸ਼ਕ ਨਾ ਕਰ, ਬਹੁਤ ਸੋਹਣਾ ਗਾਣਾ ਹੈ। ਇਕੱਠੇ ਬੋਲੇ ਅਸੀਂ, ਬਹੁਤ ਸੋਹਣਾ ਗਾਣਾ ਹੈ, ਤੇ ਤੁਸੀਂ ਡਬਿੰਗ ਸਾਡੀ ਡਨ ਹੋ ਗਈ ਹੈ, ਔਰ ਬਹੁਤ ਜਲਦੀ ਤੁਸੀਂ ਗਾਣਾ ਦੇਖੋਗੇ। ਬਹੁਤ ਸੋਹਣਾ ਗਾਣਾ ਸੁਰਜੀਤ ਭਾਈ ਦਾ ਲਿਖਿਆ, ਔਰ ਮਿਊਜ਼ਿਕ ਕੀਤਾ ਮੈਂ, ਔਰ ਇਹਨਾਂ ਬਾਰੇ ਤੁਹਾਨੂੰ ਪਤਾ ਹੀ ਹੈ, ਜਵਾਬ ਨਹੀਂ। ਔਰ ਬਹੁਤ ਅੱਛੇ ਬੈਨਰ ਤੇ, ਬਹੁਤ ਅੱਛੀ ਕੰਪਨੀ 'ਚ ਗਾਣਾ, ਵੱਡੇ ਲੈਵਲ 'ਤੇ ਆ ਰਿਹਾ ਗਾਣਾ, ਔਰ ਵੀਡੀਓ ਬਾਰੇ ਦੱਸਾਂਗੇ। ਹਾਲੇ ਫਿਲਹਾਲ ਵੀਡੀਓ ਕੌਣ ਕਰ ਰਿਹਾ ਪਤਾ ਨਹੀਂ, ਕੁਛ ਵਧੀਆ ਕਰੂਗਾ ਜਿਹੜਾ ਵੀ ਕਰੂਗਾ। ਅਸੀਂ ਸਾਰੇ ਪਿਛਲੇ ਦੋ ਚਾਰ ਦਿਨ ਤੋਂ ਕਾਫੀ ਅਪਸੈਟ ਆ, ਅੱਜ ਹੀ ਥੋੜਾ ਜਿਹਾ ਮੂਡ ਬਣਿਆ ਤੇ ਅਸੀਂ ਗਾਣੇ ਦਾ ਜ਼ਿਕਰ ਕੀਤਾ ਹੈ ਕਿ ਸੁਰਜੀਤ ਖੈੜ ਵਾਲਾ ਸਾਹਿਬ ਉਹਨਾਂ ਦੀ ਪੇਸ਼ਕਸ਼ ਹੈ, ਉਹਨਾਂ ਦਾ ਲਿਖਿਆ ਹੋਇਆ ਗਾਣਾ ਦਿਲ ਇਸ਼ਕ ਨਾ ਕਰ, ਜੀਤੂ ਭਾਈ ਨੇ ਮਿਊਜ਼ਿਕ ਕੀਤਾ, ਜਲਦੀ ਤੁਹਾਡੇ ਸਨਮੁਖ ਕਰਾਂਗੇ। ਪਰ ਸੁਸ਼ਾਂਤ ਰਾਜਪੂਤ, ਸੁਸ਼ਾਂਤ ਸਿੰਘ ਰਾਜਪੂਤ ਸਾਹਿਬ, ਬਹੁਤ ਖੂਬਸੂਰਤ, ਬਹੁਤ ਹੀ ਹੈਂਡਸਮ, ਮੇਰੇ ਖਿਆਲ ਬਾਲੀਵੁੱਡ ਵਿੱਚ ਬਹੁਤ ਜ਼ਿਆਦਾ ਸੋਹਣਾ ਬੰਦਾ, ਬਹੁਤ ਜ਼ਿਆਦਾ ਖੂਬਸੂਰਤ ਭਰਾ ਸਾਡਾ, ਜਿਹੜਾ ਰੱਬ ਨੂੰ ਪਿਆਰਾ ਹੋ ਗਿਆ, ਜਿਹੜਾ ਸਾਨੂੰ ਛੱਡ ਕੇ ਉਸ ਮਾਲਕ ਦੇ ਚਰਨਾਂ 'ਚ ਜਾ ਵਰਾਜਿਆ, ਔਰ ਉਹਦੇ ਵਾਸਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਬੇਨਤੀ ਕਰਾਂਗਾ ਯਾਰ, ਜੇ ਕੋਈ ਤੁਹਾਡੇ ਦਿਲ 'ਚ ਕੋਈ ਗੱਲ ਹੁੰਦੀ ਹੈ, ਗੁੱਸਾ ਹੁੰਦਾ, ਰੋਸ ਹੁੰਦਾ ਹੈ, ਜਾਂ ਕੋਈ ਡਿਪਰੈਸ਼ਨ ਹੈ, ਸ਼ੇਅਰ ਕਰਿਆ ਕਰੋ, ਜ਼ਰੂਰ ਸ਼ੇਅਰ ਕਰਿਆ ਕਰੋ, ਤੇ ਮਾਲਕ ਤੁਹਾਨੂੰ ਸਭ ਨੂੰ ਰਾਜੀ ਬਾਜੀ ਰੱਖੇ। ਔਰ ਤੁਸੀਂ ਜਿਹੜੇ ਫੈਨਸ ਹੁੰਦੇ ਨੇ ਉਹ ਬਹੁਤ ਦਿਲ ਦੇ ਕਰੀਬ ਹੁੰਦੇ ਨੇ, ਤੁਸੀਂ ਬਹੁਤ ਮਿਹਰਬਾਨੀ ਤੁਹਾਡੀ ਕਿ ਤੁਸੀਂ ਸਾਨੂੰ ਸਾਰਿਆਂ ਨੂੰ ਪਿਆਰ ਕਰਦੇ ਹੋ। ਤੁਸੀਂ ਸੁਸ਼ਾਂਤ ਨੂੰ ਵੀ ਬੜਾ ਪਿਆਰ ਕੀਤਾ, ਸੁਸ਼ਾਂਤ ਰਾਜਪੂਤ ਨੂੰ, ਪਰ ਕੀ ਕਰ ਸਕਦੇ ਹਾਂ, ਮਾਲਕ ਦੀ ਮਰਜ਼ੀ ਹੈ, ਹਨਾ। ਤੇ ਬੜੇ ਸਾਰੇ ਲੋਕ ਉਹਨਾਂ ਵਾਸਤੇ ਦੁਆ ਕਰ ਰਹੇ ਨੇ ਕਿ ਉਹਨਾਂ ਨੂੰ ਮਾਲਕ ਚਰਨਾਂ 'ਚ ਰੱਖੇ, ਬਹੁਤ ਸਾਰੇ ਭਰਾ ਮੇਰੇ ਹੈਗੇ ਨੇ, ਪਰ ਕਈ ਇਸ ਜਦੋਂ ਅਸੀਂ ਲਾਈਵ ਆਉਂਦੇ ਹਾਂ ਤੇ ਉਹਦੇ 'ਚ ਬੜਾ, ਇੱਕ ਸਾਡੇ 13 ਅਬਾਲੂ ਕਰਕੇ ਹੈਗੇ, ਉਹ ਕਹਿੰਦਾ ਕਾਲਾ ਹੈ ਤੂੰ, ਭਰਾਵਾ ਮੈਂ ਕਾਲਾ ਹੀ ਠੀਕ ਹਾਂ, ਤੁਹਾਡੇ ਵਰਗੇ ਜਿਹੜੇ ਗੋਰੇ ਨੇ ਉਹ ਦਿਲ ਦੇ ਕਾਲੇ ਹੋਣ 'ਤੇ ਮਾੜੀ ਗੱਲ ਹੈ, ਬੰਦਾ ਦਿਲ ਦਾ ਕਾਲਾ ਨਹੀਂ ਹੋਣਾ ਚਾਹੀਦਾ, ਰੰਗ ਦਾ ਭਾਵੇਂ ਹੋ ਜਾਵੇ, ਹੈ ਨਾ। ਬਹੁਤ ਸਾਰੇ ਲੋਕ, ਇਹ ਸੋਨੂ ਮਾਲਿਆ, ਨਿਤਿਸ਼, ਪ੍ਰਜਵਲ, ਸਨਮ ਅਰੋੜਾ, ਨੀਰਵ ਸਾਹਿਬ, ਰਾਕੇਸ਼ ਕੁਮਾਰ, ਇੱਕ ਪਿਆਰ ਕਾ ਨਗਮਾ ਹੈ ਮੋਜੋਂ ਕੀ ਰਵਾਨੀ ਹੈ, ਜ਼ਿੰਦਗੀ ਔਰ ਕੁਛ ਵੀ ਨਹੀਂ, ਤੇਰੀ ਮੇਰੀ ਕਹਾਣੀ ਹੈ। ਕਲਾਕਾਰ ਬੜੇ ਸੋਫਟ ਹਾਰਟਿਡ ਹੁੰਦੇ ਨੇ, ਬੜੇ ਉਹ ਸੋਫਟ ਦਿਲ ਦੇ ਮਾਲਕ ਹੁੰਦੇ ਨੇ, ਉਹਨਾਂ ਨਾਲ ਪਿਆਰ ਕਰਿਆ ਕਰੋ, ਥੈਂਕ ਯੂ, ਤੁਸੀਂ ਪਿਆਰ ਕਰਦੇ ਹੋ। ਹੁਣ 13 ਅਬਾਲੂ ਕਹਿੰਦਾ ਜੀ ਭਰਾ ਮੈਂ ਤਾਂ ਮਜ਼ਾਕ ਕਰ ਰਿਹਾ ਸੀ, ਬੇਟੇ ਕਿਸੇ ਦੇ ਦਿਲ ਨੂੰ ਦੁੱਖ ਕੀ ਦੇਖ ਕਰਕੇ ਫਿਰ ਮਜ਼ਾਕ ਕਰਨਾ, ਲਾਨਤ ਇਹੋ ਜਿਹੇ ਮਜ਼ਾਕ 'ਤੇ, ਹੈ ਨਾ, ਇੱਦਾਂ ਨਹੀਂ ਬੇਟਾ, ਪਿਆਰ ਨਾਲ ਗੱਲ ਕਰੋ ਯਾਰ, ਪਿਆਰ ਦੁਨੀਆਂ 'ਤੇ ਸਭ ਤੋਂ ਵੱਡੀ ਚੀਜ਼ ਹੈ, ਪਿਆਰ ਨਾਲ ਹੀ ਸਾਰੀਆਂ ਚੀਜ਼ਾਂ ਬਣਦੀਆਂ ਨੇ, ਨਫ਼ਰਤ ਨਾਲ ਜਾਂ ਕਿਸੇ ਨੂੰ ਮਜ਼ਾਕ ਕਰਕੇ ਕੀ ਹੋ ਜੂਗਾ, ਹੈ ਨਾ।
एक प्यार का नगमा है मौजों की। सुशांत सिंह राजपूत साहब उन्होंने एक मूवी ऐसी छिछोरे जीतूपा जी जहां तो चौथा रख लो माइनर, वो मैं शेयर भी किया सी गाना, पर वो गाना मैं चंगा भी बड़ा लगता। उन्होंने मूवी ऐसी छिछोरे बहुत कमाल मूवी सी, उहदे च अरिजीत सिंह ने गाया सी ते वो गाना लोगों ने काफी प्यार दिता सी उस गाने नूं। मैं लाइव भी पाया सी अपने फेसबुक ते इहदे ते इंस्टाग्राम ते। थैंक यू अंकित, साई राज, मेरा बेटा साई राज, दलजीत, जग्गी सिद्धू कोतवाल ए, पीयूष चौहान, सारे भरा ने खुश रहो। मेहरबानी, शुक्रिया। उन्हों का गाना एक मैं कवर मैनु चंगा लगे सी, अरिजीत सिंह जी ने गाया सी। ओ, बहुत सारे लोग कहते सी तू अरिजीत नहीं बन सकता, तू ओदी रीस कीती। ओ भरावा रीस नहीं मैं कीती किसी दी भी, मैं किसी दी भी रीस नहीं करता। मैनु गाना अच्छा लग्या सी, मैं गाता है ना। इदा तुहानू भी किसी का गाना अच्छा लग्या करे गा दे करो, कोई गल नहीं। ओदे च जजमेंट नहीं करनी चाहिए, मजा लेना चाहिए म्यूजिक का। खैरियत पूछो कभी तो कैफियत पूछो, तुम्हारे बिन दीवाने का क्या हाल है। दिल मेरा देखो ना मेरी हैसियत पूछो, तुम्हारे बिन जैसे 100 साल है। अंजाम तय है मेरा, होना तुम्हें है मेरा, कितनी भी हो दूरियां फिलहाल है। ये दूरियां फिलहाल है। ओ खैरियत पूछो कभी तो कैफियत पूछो, तुम्हारे बिन दीवाने का क्या हाल है। जिथे भी ने सुशांत सिंह राजपूत साहब खूबसूरत प्यारे हीरो, मालक उन्होंने तंदुरुस्ती बख्शे, मालक उन्होंने अपने चरणों नाल तंदुरुस्ती। तो खैर मैं मेरे तो फील च निकल गया, मेरे चो भाव च निकल गया। मालक उन्होंने अपने चरणों नाल लावे। इन्ना खूबसूरत प्यारा अदाकार, इन्ना हैंडसम अदाकार, मालक उन्हू बहुत 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 ज्यादा अपने चरणों नाल लावे, उहदी रूह नू शांति मिले। खुश रहो। दोबारा एक बार दसना चाहते हैं कि साडा गाना आने वाला है जिदा ना है दिला इश्क ना कर। जीतू भाई ने म्यूजिक किया है, सुरजीत खैड़ वाला भाजी ने लिखा है। हाँ। ते जल्दी तुहाडे सामने आएगा जी। मेहरबानी, शुक्रिया।